ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕਮ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਗੱਲ ਕਰਾਂਗੇ 1947 ਦੀ ਇੱਕ ਐਸੀ ਕਹਾਣੀ ਦੇ ਉੱਤੇ, ਜਿਸ ਕਹਾਣੀ ਦੇ ਉੱਤੇ 2017 ਵਿੱਚ ਇੱਕ ਫਿਲਮ ਰਿਲੀਜ਼ ਹੁੰਦੀ ਹੈ। ਉਸ ਫਿਲਮ ਦਾ ਨਾਂ ਹੈ ਸਰਦਾਰ ਮੁਹੰਮਦ। ਦੋਸਤੋ, ਇਸ ਫਿਲਮ ਨੂੰ ਲਹਿੰਦੇ ਚੜ੍ਹਦੇ ਪੰਜਾਬ 'ਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਔਰ ਇਸ ਫਿਲਮ ਦੀ ਮਕਬੂਲੀਅਤ ਦੀ ਵਜ੍ਹਾ ਇੱਕ ਸੱਚੀ ਕਹਾਣੀ। ਉਹ ਕਹਾਣੀ ਜਿਹਦੇ ਵਿੱਚ ਇੱਕ ਬੱਚਾ ਆਪਣੀ ਮਾਂ ਤੋਂ ਵਿਛੜ ਜਾਂਦਾ ਹੈ, ਔਰ ਮਾਂ 35 ਸਾਲ ਬਾਅਦ ਆਪਣੇ ਬੱਚੇ ਨੂੰ ਮਿਲਦੀ ਹੈ, ਔਰ ਇਸ ਦੇ ਨਾਲ ਇਸ ਮਾਂ ਦੀਆਂ ਅੱਖਾਂ ਦਾ ਨੂਰ ਰੋ ਰੋ ਕੇ ਚਲਾ ਜਾਂਦਾ ਹੈ। ਬੱਚੇ ਦੀ ਜੁਦਾਈ ਔਰ ਬੱਚੇ ਦਾ ਮਿਲਣ ਇਸ ਫਿਲਮ ਦੇ ਵਿੱਚ ਬਹੁਤ ਹੀ ਅੱਛੇ ਅੰਦਾਜ਼ ਨਾਲ ਦਿਖਾਇਆ ਜਾਂਦਾ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਲਹਿੰਦੇ ਪੰਜਾਬ 'ਚ ਮੌਜੂਦ ਯਾਸਰ ਮਲਕ, ਜਿਨ੍ਹਾਂ ਦੇ ਚੈਨਲ ਦਾ ਨਾਂ ਹੈ ਸਾਂਝਾ ਪੰਜਾਬ 1947, ਉਹ ਖੋਜ ਕਰਦੇ ਨੇ ਕਿ ਆਖਰ ਇਹ ਕੌਣ ਬੰਦਾ ਹੈ ਜਿਸ ਦੇ ਉੱਤੇ ਇਹ ਮੂਵੀ ਬਣੀ। ਇੱਕ ਸਾਲ ਦੀ ਕੋਸ਼ਿਸ਼ ਤੋਂ ਬਾਅਦ ਯਾਸਰ ਮਲਕ ਸੁਰਜੀਤ ਸਿੰਘ ਮੁਹੰਮਦ ਸਦੀਕ ਦੇ ਪਿੰਡ ਮੱਕੀ ਛਾਬਾਂ, ਜਿਹੜਾ ਕਿ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਮੌਜੂਦ ਹੈ, ਉੱਥੇ ਪਹੁੰਚਦਾ ਹੈ, ਔਰ ਇਸ ਕਹਾਣੀ ਦਾ ਮਰਕਜ਼ੀ ਕਿਰਦਾਰ ਸੁਰਜੀਤ ਸਿੰਘ ਮੁਹੰਮਦ ਸਦੀਕ ਨੂੰ ਜਾ ਕੇ, ਉਹਨਾਂ ਦੀ ਫੈਮਿਲੀ ਨੂੰ ਜਾ ਕੇ ਮਿਲਦਾ ਹੈ। ਦੋਸਤੋ, ਇਸ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੈ ਕਿ ਸੁਰਜੀਤ ਸਿੰਘ ਮੁਹੰਮਦ ਸਦੀਕ ਦਾ ਇੱਕ ਛੋਟਾ ਬਾਈ, ਜਿਸ ਦਾ ਨਾਮ ਹੈ ਗੁੱਲੂ ਸਰਪੈਂਚ, ਉਹ ਸੁਰਜੀਤ ਸਿੰਘ ਨੂੰ ਲੈ ਕੇ ਇਸ ਪਿੰਡ ਮੱਕੀ ਛਹਾਬਾਂ ਆਉਂਦਾ ਹੈ, ਔਰ ਇਸ ਦੀ ਮਾਂ ਦੇ ਨਾਲ ਆਪਣੇ ਬੱਚੇ ਨੂੰ ਮਿਲਾਉਂਦਾ ਹੈ। ਦੋਸਤੋ, ਸੁਰਜੀਤ ਸਿੰਘ ਮੁਹੰਮਦ ਸਦੀਕ ਦੇ ਘਰ ਵਾਲੇ ਦੱਸਦੇ ਨੇ ਕਿ ਗੁੱਲੂ ਸਰਪੈਂਚ ਔਰ ਸੁਰਜੀਤ ਸਿੰਘ ਨੂੰ ਪੂਰੇ ਪਿੰਡ ਮੱਕੀ ਛਹਾਬਾਂ ਨੇ ਬੜੇ ਅੱਛੇ ਤਰੀਕੇ ਨਾਲ ਵੈਲਕਮ ਕੀਤਾ, ਔਰ ਦੱਸਦੇ ਨੇ ਕਿ ਸ਼ਾਇਦ ਹੀ ਕੋਈ ਪਿੰਡ ਦਾ ਐਸਾ ਘਰ ਹੋਵੇ ਜਿਨ੍ਹਾਂ ਨੇ ਦੋਵਾਂ ਸਰਦਾਰਾਂ ਦੀ ਦਾਵਤ ਨਾ ਕੀਤੀ ਹੋਵੇ। ਔਰ ਇਸ ਦੇ ਨਾਲ ਫਿਲਮ 'ਚ ਵੀ ਦਿਖਾਇਆ ਗਿਆ ਹੈ ਉਸ ਇਲਾਕੇ ਦਾ ਚੇਅਰਮੈਨ ਵਲੀ ਖਾਨ, ਔਰ ਆਲੇ ਦੁਆਲੇ ਦੇ ਲੋਕਾਂ ਨੇ ਇਹਨਾਂ ਦੋਵਾਂ ਸਰਦਾਰਾਂ ਨਾਲ ਬੜਾ ਪਿਆਰ ਔਰ ਮੁਹੱਬਤ ਕੀਤਾ। ਦੋਸਤੋ, 1982 ਦੇ ਵਿੱਚ ਗੁੱਲੂ ਸਰਪੈਂਚ ਔਰ ਸੁਰਜੀਤ ਸਿੰਘ ਇਹ ਵਿਛੜੀ ਮਾਂ ਦੇ ਨਾਲ ਇਸ ਦੇ ਬੱਚੇ ਨੂੰ ਮਿਲਾਉਂਦੇ ਨੇ, ਔਰ 1985 ਵਿੱਚ ਇਹ ਫੈਮਿਲੀ ਪਿੰਡ ਮੱਕੀ ਛਾਬਾਂ ਛੱਡ ਕੇ ਸ਼ਾਹਕੋਟ ਪਹੁੰਚ ਜਾਂਦੀ ਹੈ। ਸ਼ਾਹਕੋਟ ਆਬਾਦ ਹੋਣ ਤੋਂ ਬਾਅਦ ਸੁਰਜੀਤ ਸਿੰਘ ਮੁਹੰਮਦ ਸਦੀਕ ਤਕਰੀਬਨ 10 ਸਾਲ ਬਾਅਦ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਵਾਕਿਆ ਹੋ ਜਾਂਦੀ ਹੈ, ਲੇਕਿਨ ਉਹਨਾਂ ਦੇ ਦੋ ਬੇਟੇ ਸ਼ਫਾਕਤ ਅਲੀ ਔਰ ਰਫਾਕਤ ਅਲੀ ਅੱਜ ਵੀ ਸ਼ਾਹਕੋਟ 'ਚ ਰਹਿ ਰਹੇ ਨੇ। ਦੋਸਤੋ, ਇੱਕ ਪਿੰਡ ਪੰਜਾਬ ਦੇ ਚੈਨਲ ਰਾਹੀਂ ਅਸੀਂ ਅੱਜ ਪਹਿਲੀ ਦਫਾ ਸਰਦਾਰ ਗੁੱਲੂ ਸਰਪੈਂਚ ਨੂੰ ਉਹਦੇ ਭਤੀਜੇ, ਜਿਹੜੇ ਕਿ ਸੁਰਜੀਤ ਸਿੰਘ ਮੁਹੰਮਦ ਸਦੀਕ ਦੇ ਬੇਟੇ ਆ, ਅਸੀਂ ਉਹਨਾਂ ਨਾਲ ਮਿਲਾਵਾਂਗੇ, ਔਰ ਇਸ ਦੇ ਨਾਲ ਗੁੱਲੂ ਸਰਪੈਂਚ ਨੂੰ ਪਹਿਲੀ ਦਫਾ ਆਪਣੇ ਭਾਈ ਦੀ ਕਬਰ 'ਤੇ ਵੀ ਲੈ ਕੇ ਜਾਵਾਂਗੇ। ਬੱਚੇ ਆ ਜੀ ਮੇਰੇ। ਅੱਛਾ, ਹਾਂ ਬੇਟਾ ਮੇਰਾ, ਚਲ ਜਾ ਕਹਿੰਦਾ ਗੁੱਡੂ ਨੂੰ ਮਿਲਣ। ਆਹੋ ਹਾਂ ਜੀ, ਮੈਂ ਵੀ ਆ ਜਾ ਗੁੱਡੂ ਨੂੰ ਪਹਿਲਾਂ। ਓਏ ਓ ਲੈ ਆ, ਇਹ ਤਾਂ ਖੱਟੀ ਆ ਯਾਰ, ਖੱਟੀ ਆ ਨਾ, ਮੈਂ ਬਸ ਸਾਰੇ ਦੇਖੀ ਪਹਿਲੇ। ਆ ਵੀ ਇਹ ਟੈਲੀਫੋਨ ਤੇ ਕਹਿ ਹੁੰਦਾ ਉਹ ਗੁੱਡੂ ਨੂੰ ਮਿਲਾ। ਅੱਛਾ, ਇਹ ਨਹੀਂ ਕਿਸੇ ਨੂੰ ਦੱਸਿਆ ਵੀ ਗੁੱਲੂ ਲੱਗਦਾ ਕੀ ਆ? ਇਹ ਬਾਈ ਜੀ ਪੋਤੀ ਆ ਮੇਰੀ। ਅੱਛਾ ਜੀ, ਬਾਈ ਜੀ ਖਬਰ ਸਰਦਾਰ ਮੁਹੰਮਦ ਸੁਰਜੀਤ ਸਿੰਘ, ਜਿਹੜਾ ਕਿ ਸੁਰਜੀਤ ਸਿੰਘ ਪਰਿਵਾਰ ਇੱਥੇ ਆ ਕੇ ਫਿਰ
ਹਾਂਜੀ ਸ਼ੇਰ ਇਹ ਉਹਨਾਂ ਦੇ ਭਾਈ ਗੁੱਲੂ ਆਏ ਆ ਜੀ ਅੱਜ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਕਬਰ ਤੇ ਫੁੱਲ ਪਾਉਣ ਨਾਲ ਪੁੱਤ ਪਿੱਛੇ ਆ ਸਾਡੇ ਇਹ ਚਾਚਾ ਜੀ ਲੱਗਦੇ ਨੇ ਕਿਉਂਕਿ ਜੇ ਚਾਚਾ ਜੀ ਇਹ ਨੇ ਤਾਂ ਸਰਜੀਤ ਬਾਈ ਵੀ ਚਾਚਾ ਜੀ ਲੱਗੇ ਸਾਡੇ ਤੇ ਅਸੀਂ ਹਮੇਸ਼ਾ ਆ ਕੇ ਪੈਰ ਛੂਹਣੇ ਹੁੰਦੇ ਹਾਂ ਤੇ ਪੈਰ ਭਾਨੇ ਖੜਦੇ ਹਾਂ ਤੇ ਸ਼ਰਧਾ ਦੇ ਫੁੱਲ ਜਿੱਥੋਂ ਤੁਸੀਂ ਕਿਹਾ ਉੱਥੋਂ ਚੜਾਏ ਪਰ ਅਸੀਂ ਆ ਕੇ ਆਪਣਾ ਪੈਰ ਛੂਹਣੇ ਹਾਂ ਤੇ ਅੱਜ ਅਸੀਂ ਆਪਣੇ ਚਾਚਾ ਜੀ ਨੂੰ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਤੇ ਕਿਉਂਕਿ ਮੇਰਾ ਤਾਂ ਉਦੋਂ ਜਨਮ ਵੀ ਨਹੀਂ ਸੀ ਹੋਇਆ 80 ਦੇ ਵਿੱਚ 82 ਦੇ ਵਿੱਚ ਛੱਡਣ ਆ ਗਿਆ ਮੇਰਾ 80 ਦਾ ਜਨਮ ਆ 2 ਸਾਲ ਦਾ ਮਸਾ ਸੀਗਾ ਜਦੋਂ ਇਹ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਬਾਈ ਜੀ ਉਹਨਾਂ ਨਾਲ ਆ ਗਏ ਨੇ ਵੱਸ ਗਏ ਨੇ ਸੋ ਅੱਜ ਬਹੁਤ ਬਹੁਤ ਜਿੱਥੇ ਦੁਖਾਂਤ ਆ ਕਿਉਂਕਿ ਉਹਨਾਂ ਦਾ ਤੁਰ ਜਾਣਾ ਨਾ ਮਿਲਣਾ ਜੇ ਕਿਤੇ ਅੱਜ ਬਾਈ ਸੁਰਜੀਤ ਸਿੰਘ ਉਰੇ ਹੁੰਦਾ ਤੇ ਅਸੀਂ ਵਿਸਾਖੀ ਦਾ ਮੇਲਾ ਦੇਖਣ ਆਉਂਦੇ ਤੇ ਇੱਕ ਮਾਹੌਲ ਹੀ ਅਲੱਗ ਹੋਣਾ ਸੀਗਾ ਪਰ ਅੱਜ ਅਸੀਂ ਮਤਲਬ ਉਹਨਾਂ ਦੀ ਮਜ਼ਾਰ 'ਤੇ ਆਏ ਹਾਂ ਅਤੇ ਜਿਹੜਾ ਉਹਨਾਂ ਦੀ ਮਜ਼ਾਰ 'ਤੇ ਆ ਕੇ ਆਪਣੇ ਆਪ ਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਿੱਥੇ ਵੀ ਵੱਸਦੇ ਨੇ ਬਾਈ ਜੀ ਸਰਜੀਤ ਸਿੰਘ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਜਿੱਥੇ ਵੀ ਉਹ ਅੱਗੇ ਕਿਸੇ ਹੋਰ ਜੂਨੀ 'ਚ ਜਾਣ ਉਹ ਰਾਜਿਆਂ ਵਾਂਗੂ ਜਿਵੇਂ ਪਹਿਲਾਂ ਰਹਿੰਦੇ ਰਹੇ ਨੇ ਇੱਦਾਂ ਹੀ ਰਹਿੰਦੇ ਰਹਿਣ। ਸ਼ਾਹਕੋਟ ਦੇ ਲੋਕਾਂ ਨੇ ਬਹੁਤ ਅੱਛਾ ਵੈਲਕਮ ਕੀਤਾ ਜਿਹਦੇ ਵਿੱਚ ਸ਼ੌਕਤ ਅਲੀ ਸ਼ੌਕਤ ਸਾਹਿਬ, ਮੀਆਂ ਅਜਮਲ ਸਾਹਿਬ ਔਰ ਇਸ ਦੇ ਨਾਲ ਜਨਾਬ ਸਫਦਰ ਮੁਗਲ ਸਾਹਿਬ, ਇਹਨਾਂ ਨੇ ਸਰਦਾਰ ਗੁੱਲੂ ਸਰਪੈਂਚ ਨੂੰ ਬੜੇ ਅੱਛੇ ਤਰੀਕੇ ਨਾਲ ਵੈਲਕਮ ਕੀਤਾ ਔਰ ਇਸ ਦੇ ਨਾਲ ਇੱਕ ਵਾਅਦਾ ਕੀਤਾ ਕਿ ਜਿਹੜੀ ਕਬਰਸਤਾਨ ਦੇ ਲਾਗੇ ਸੜਕ ਆ ਅਸੀਂ ਉਹ ਸੜਕ ਦਾ ਨਾਂ ਮੁਹੰਮਦ ਸਦੀਕ ਸੁਰਜੀਤ ਸਿੰਘ ਰੋਡ ਰੱਖਾਂਗੇ। ਦੋਸਤੋ, ਇਸ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਚੱਲੀਏ, ਸੁਰਜੀਤ ਸਿੰਘ ਮੁਹੰਮਦ ਸਦੀਕ ਦੀ ਵਾਲਦਾ ਦਾ ਨਾਮ ਮਾਂ ਜੀ ਮੁਰਾਦਾਂ ਬੀਬੀ ਔਰ ਉਹਨਾਂ ਦੇ ਵਾਲਦ ਦਾ ਨਾਂ ਮੁਹੰਮਦ ਰਮਜ਼ਾਨ ਸੀ। ਜਦੋਂ 47 ਦੀ ਵੰਡ ਹੋਈ, ਮਾਂ ਮੁਰਾਦਾਂ ਦੀਆਂ 2 ਬੇਟੀਆਂ ਔਰ 1 ਬੇਟਾ ਸੁਰਜੀਤ ਸਿੰਘ, ਇਹ ਤਿੰਨੋਂ ਲਾਪਤਾ ਹੋ ਗਏ ਸਨ। ਬੇਟੀਆਂ ਅਖਬਾਰ 'ਚ ਇਸ਼ਤਿਹਾਰ ਦੇਣ ਤੋਂ ਬਾਅਦ ਤਕਰੀਬਨ 4 ਸਾਲ ਬਾਅਦ ਜ਼ਿਲ੍ਹਾ ਮਿੰਟ ਗੁਮਰੀ ਸਾਹੀਵਾਲ 'ਚੋਂ ਮਿਲੀਆਂ, ਲੇਕਿਨ ਸੁਰਜੀਤ ਸਿੰਘ ਮੁਹੰਮਦ ਸਦੀਕ 35 ਸਾਲ ਬਾਅਦ ਆਪਣੀ ਮਾਂ ਨੂੰ ਮਿਲਿਆ। ਦੋਸਤੋ, ਇਸ ਵੀਡੀਓ ਦੇ ਰਾਹੀਂ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਦੇ ਨਾਲ ਵਿਖਾਵਾਂਗੇ ਸ਼ਾਹਕੋਟ ਦੇ ਲੋਕਾਂ ਨੇ ਕਿਵੇਂ ਸਰਦਾਰ ਗੁੱਲੂ ਸਰਪੈਂਚ ਨੂੰ ਵੈਲਕਮ ਕੀਤਾ। ਮੈਂ ਤੁਹਾਡਾ ਸਾਰੇ ਵੀਰਾਂ ਦਾ ਬਾਈ ਮੈਂ ਚਲੋ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਮੇਰੇ ਭਰਾ ਉੱਥੇ ਮੈਨੂੰ ਫੁੱਲ ਪਾਉਣ ਦਾ ਮੌਕਾ ਦਿੱਤਾ। ਜਿੰਨੀ ਦੇਰ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਤੁਹਾਡੇ ਸਾਰੇ ਵੀਰਾਂ ਦਾ ਰਿਣੀ ਰਹੂੰਗਾ, ਅਹਿਸਾਨ ਮੰਦ ਰਹੂੰਗਾ। ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿ ਸਕਦਾ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੇ ਚਲੋ। ਪੰਜਾਬ ਤੋਂ ਲੈਂਦੇ ਹੱਲ ਆਉਂਦੇ ਨੇ, ਲੈਂਦੇ ਪੰਜਾਬ ਵਾਲੇ ਦੁੱਖੜੇ ਵੰਡਾਉਂਦੇ ਨੇ ਪਲਕਾਂ ਵਿਛਾੜ ਨੂੰ।
अल्लाह ताला है वाहिगुरु मैनू इन्ने सोहने वीर जिहड़े तां दित्ते ने मैं इन्हां नूं सांभ सकां। 1994 च मेरा ना एक सफर सी होंगकोंग का, उत्थे एक मेरा दोस्त दिलबाग सिंह, अच्छा कोई मुलाकात इंज सरे राह मुलाकात हो गई तो पूछा कितों आया पाकिस्तान आया, उन्हें कहा मैं है रेजिडेंट सी लेकिन इंडियन सी सरदार सी, सिर्फ पंजाबी होने के नाते उन्हें मेरे ना इन्ना प्यार किया, मैं 3 महीने रहा तो मैं उसका गेस्ट रहा। अपने चौधरी रियाज बटालवी जी से मशरक अखबार के एडिटर, हाँ मशरक दे जो मैं उदो मिले गल् चल पीया, फिर मैनू भी डर जहा लै गया, पहला तो यह भी उन्हें भी कुटन गए भी तू मुसलमान मुंडा क्यों नहीं दिता जी 35 साल रखा, चलो मजाक दिया गल असी बैठे अखबार, मैनू कहना उन्हें वो एक गल वो भी वक्त सी, मैनू कहना सरदार जी मैं इंग्लैंड दे विच गया होया एक बंगाली की दुकान पर खड़ा, कहना बंगाली वो कहना चीप वर्ड बोलन लग गया भी उन्होंने पंजाबी ने ऐ किया, दो जो चीप वर्ड बोले तो एक कोल खड़ा सरदार, कहना सरदार ने कहा दो तीन थप्पड़ जड़ते, कहना मैं क्या सरदार जी थोनू ताही कमला कहते ने भी थोनू इन्हें क्या, कहना तो फिर साला हराम ज्यादा, कहना तू तो मैं दो वे इन्हें पंजाबी गाल किमें क्ढी। देखो भाई जी मैनू रियाज बटालवी जी की गल नहीं भुलनी, देखो बड़ी वधिया एक उन्हें गल हो सी, कहना मैं छोटा जहा सी काफिला जाता सी, एक सरदार आया उन्हें थप्पड़ मारा मेरे हाथ से उसे डिग गया समझेगा, कहना दूजा सरदार आया पहला तो उन्हें वो सुन लाए फिर वो सियो धोता कहना मैनू दिता, फिर कहना मैनू वो भी वक्त ज्यादा तो वह भी सरदार जी तो वह भी सरदार। देखो भाई जी ये गल्लां बेटे बढ़िया वधिया गल्लां ने, पर दुख सानू इस गल का भी असी पंजाबी किवें विछड़ गए, साडी मां इक साडा DNA साडा की कुछ नहीं है, अजे ना बोलो मैं इंडिया मुड़ के जाना असल। देखो गल सुनो मेरी, आप कदे भी ना देखो कदे भी आप अपने बसेब के बरादरीजम की गल कर लीए, जे आप कोई जाट आ कोई अपना गुजर आ कोई राई आ कोई बो आ सारिया मुक्स, आपां कदे किसे कम्यूनिटी ना इजतमाही तौर पर बुरा नहीं कहना चाहिए, माड़े चंगे हर बंदे हर बंदे आ हर जगह आ, अच्छा वो मैं यही गल कह रहा कि आप कदे भी देखो बहुत सारे ऐसे हिंदू भी साढ़े नाल अटैच आ चैनल के राही जिन्होंने अपने घर बंदे रख के उन्होंने बचाया उन्होंने सेफ रखिया, हाँ जी कदे आप किसे पूरी कौम नू माड़ा नहीं कहना, जेडे माड़े बंदे उन्हां नू इंडीकेट करना चाहिए आ, हाँ वो हर कौम च आ गए हुण तुसीं अपने इत्थे ला लो बाजारा कितें रौला बन जाता पिछले दिनों जी बनिया मौलवियों का की कुछ नहीं किया हैगा वो साढ़े ही सके सारे। मैं जो 82 च आया जी मैनू कोशिश होंगी आ, देखो जिनी देर तुसीं किसी भी धर्म की नॉलेज नहीं रखते तो तुहानू किवें कह दूं माड़ा जी, मैं उत्थे मक्की दे एक मौलवी सी बहुत नौजवान पतला जिहा मुंडा, मैं उहदे कोल बड़ा कुछ सिख्या बड़ा उहना, देखो आपां 40 गल्लां सिख के फिर उहनू छाणना लाउने आ 40 चों 20 चों 25 रहिण, मैं एक गल उहदी पल्ले बन्नी मैं कहा बई जिहड़ी है बादशाहां ने मार मरैया कीता क्यों कीता, देखो गल सिंपल जी सी और उह देखो बंदे नू नॉलेज सी, मास्टर सारे इक हुंदे ने किताबा भी उही हुंदियां ने समझाउण दा तरीका हुंदा, एक मास्टर थोनू एक मिनट च मैथमैटिक्स सिखांदा एक टक्करा महीना मारी जांदा, हुण मैनू कहिंदा सरदार जी कुराने पाक दे अंदर लिखिया एक इंसानियत नू कतल करना टोटल इंसानियत कतल करना, इसी इक्के गल दा प्रचार मैं इंडिया च इन्ना कीता रहे रब, मैं कहा मैनू दस्ता दो भी फर्क कित्थे आ, उह भी इक रब नू मंनदे आपां इक रब नू मंनदे आ, उह भी आ गल कहिंदे नहीं कहिंदे असीं कहिंदे आ, वह कहें जकात कढ़ो सी कहना दसम दसौंद कढ़ो, ठीक है नी, वो भी कहें हरामदाना खाओ आप भी कहने हरामदाना खाओ, वो यार फिर गल कि रह गई, देखो वह भी कहें अल्लाह इक्के असं कहना वाहिगुरु इक्के, देखो भाई जी पता गल की आ सानू सारा पहला वधिया इंसान बनना चाहिए ना कि सानू कोई धार्मिक बनना चाहता, नहीं मैं गल दस मैं कहना सानू पहला वधिया इंसान बनो, हर एक की धी भैन अपनी धी भैन समझो, अगले की प्रॉपर्टी अगले नूं सुहावी साडी प्रॉपर्टी सानू सुहावी, पर अजकल की है जी दोनों चीज़ां नैगेटिव, हालांकि कहना साले कोई 5 लाख मैं किवें ठगी लाके 6 लाख बनाउणा,
ये नहीं कहता भी मैं मेहनत करा उपर जा। चलो अज टाइम बहुत थोड़ा इन्हें इन्होंने वीर ने मैं सरदार साहब तुसी चढ़ते पंजाब के परौने अज साडे कोल तशरीफ लिया हो साडा माण वधाया है साडी इज्जत वधाई है हिंदुस्तान नूं ते पाकिस्तान नूं करीब करन दा जरिया बने हो वो गल्लां जिहड़ियां गलतफहमियां साडे दिलां च पाईआं गईआं ने वह दूर होईआं और असीं इह महसूस कीता कि सरदार साडे विचों ने सिर्फ साडे भरा नहीं साडे विचों ने और चढ़दा पंजाब ते लहिंदा पंजाब जिहड़ा है उहदी उह जिहड़ी इक रेखा है उहदी अहमियत सिर्फ दुनिया के सियासी निजाम वास्ते आ साडे दिलां दे विच कोई रेखा नहीं चढ़ते पंजाब के परौणिया जनाब असी जियां आखने दिलों आखने तो तुहाडे कदमां च सिर नवाउने जनाब साडा प्यार दा सुनेहा लिजाओ चढ़ते पंजाब वालिआं लई ठीक है जी। क्या बात है अल्लाह तुहानू आबाद रखे जी मेहरबानी सरदार साहब बहुत शुक्रिया बहुत शुक्रिया। ते तुसी साडे कोल खाधा पीता कुछ नहीं हुण इदां करियो गल सुन लो ना चढ़दे पंजाब तो लेंदे आउंदे ने लेंदे पंजाब वाले टुकड़े वंडाउंदे ने पलकां बिछाड़ बचपन दा।